to walk in my own way, free with an eye to see things as they are. 1, 2, 3, action. जिन्हें इंस्टाग्राम ते नहीं फॉलो करे इंस्टाग्राम ते भी फॉलो कर सकते हो। इन्हां दे करके साडा गाना जरूर देखियो क्योंकि गाना तो चलो असीं तां कीता ही है पर इन्हां दी इत्थे रविंदर सग्गू बैठा है टैटू नाल इधर आपां देख सकते हो जाके सिप्पी गिल बाई नाल भी आया ना साडा गाना सिप्पी गिल ਤਾਂ ਕਰਕੇ ਉਹ ਪਿਆ ਹੈਗਾ ਥੋੜਾ ਜਿਹਾ ਗੰਦਾ ਜਿਹਾ ਪਿਆ ਹੈਗਾ। ਹੈਲੋ ਗਾਇਸ, ਵੈਲਕਮ ਬੈਕ ਟੂ ਦ ਨਿਊ ਵੀਡੀਓ। ਸਾਰਿਆਂ ਨੂੰ ਪਹਿਲਾਂ ਤਾਂ ਗੁੱਡ ਮਾਰਨਿੰਗ ਕਿਉਂਕਿ ਅੱਜ ਆਪਾਂ ਬਹੁਤ ਜਲਦੀ ਉੱਠ ਚੁੱਕੇ ਹਾਂਗੇ ਸਵੇਰ ਦੇ। ਮੈਂ ਤਾਂ 4 ਵਜੇ ਉੱਠਿਆ ਸੀਗਾ ਤੇ ਉਸ ਤੋਂ ਬਾਅਦ ਰੈਡੀ ਰੂਡੀ ਹੋਏ, ਹੁਣ 5:30 ਹੋਣ ਲੱਗੇ ਨੇ, 5:15 ਹੋ ਗਏ। ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਪਹਿਲਾਂ ਵਲੌਗ ਤੁਸੀਂ ਦੇਖੋਗੇ ਹੀ, ਠੀਕ ਹੈ। ਹਜੇ ਤਾਂ ਚਲੋ ਜਦੋਂ ਵੀ ਦੇਖੋਗੇ ਉਹ ਵਲੌਗ ਦੇ ਵਿੱਚ ਜਿਵੇਂ ਕਿ ਦੱਸਿਆ ਗਿਆ ਆਪਾਂ ਸ਼ੂਟਿੰਗ ਕਰਨ ਆਏ ਹੋਏ ਸੀਗੇ ਰਵਿੰਦਰ ਦੀ, ਉਹਦੇ ਸੌਂਗ ਦੀ ਸ਼ੂਟਿੰਗ ਹੈਗੀ ਅੱਜ ਤੇ ਬਸ ਉਹਦੇ ਲਈ ਹੁਣ ਰੈਡੀ ਹੋ ਰਹੇ ਸੀਗੇ ਸਾਰੇ। ਉੱਧਰ ਦੂਸਰੇ ਕਮਰੇ 'ਚ ਰਵਿੰਦਰ ਤੇ ਜਸ ਰੈਡੀ ਹੋ ਚੁੱਕੇ ਨੇ ਆਲਮੋਸਟ, ਇੱਧਰ ਮੈਂ ਤੇ ਹੋ ਰਹੀ ਹੈ ਰੈਡੀ। ਇਹ ਤਾਂ ਰੈਡੀ ਹੋਊਗੀ, ਕਾਫੀ ਟਾਈਮ ਲੱਗਦਾ ਇਹਨੂੰ ਰੈਡੀ ਹੋਣ ਨੂੰ। ਚਲੋ ਤਾਂ ਕੋਈ ਚੱਕਰ ਨਹੀਂ, ਮੈਂ ਮਤਲਬ ਰਵਿੰਦਰ ਸਾਰਿਆਂ ਨੂੰ ਪਹਿਲਾਂ ਰੈਡੀ ਹੋ ਗਿਆ ਸੀ, ਮੈਂ ਉਸ ਤੋਂ ਬਾਅਦ ਮੈਂ ਰੈਡੀ ਹੋ ਗਿਆ, ਫਿਰ ਇਹ ਰੈਡੀ ਹੋ ਗਈ, ਫਿਰ ਜਸ ਰੈਡੀ ਹੋ ਗਿਆ। ਬਸ ਹੁਣ ਨਿਕਲਣ ਦੀ ਤਿਆਰੀ ਹੈਗੀ ਇੱਥੋਂ ਹੋਟਲ ਦੇ ਵਿੱਚੋਂ। ਇੱਥੇ ਆਪਾਂ ਹੋਟਲ ਸਟੇ ਕਰਿਆ ਹੋਇਆ ਸੀਗਾ, ਬਹੁਤ ਹੀ ਮਤਲਬ ਘਟੀਆ ਹੋਟਲ ਹੈਗਾ, ਕੁਛ ਪ੍ਰੋਵਾਈਡ ਨਹੀਂ ਕਰਦੇ ਹੈਗੇ, ਕੁਛ ਵੀ ਨਹੀਂ ਹੈਗਾ। ਇਹ ਤਾਂ ਉਹੀ ਚਲੋ ਇੱਕ ਮਜਬੂਰੀ ਸੀ ਤਾਂ ਲੈਣਾ ਪੈ ਗਿਆ, ਬਾਕੀ ਹੁਣ ਉਹਨਾਂ ਨੂੰ ਦੇਖਦੇ ਕੀ ਕਰ ਰਹੇ ਨੇ। ਚਲੋ ਰੈਡੀ ਹੈ ਕੰਮ ਵੀਰੇ, ਆ ਤਾਂ ਹੋ ਗਿਆ ਰੈਡੀ। ਲੁੱਕ ਦਿਖਾ ਦੇ ਮਾੜੀ ਜੀ, ਲਓ ਜੀ ਲੁੱਕ ਦੇਖੋ। ਲਓ ਜੀ ਆਪਣੇ ਗਾਣੇ ਲਈ ਰੈਡੀ ਹੈ। ਤਾਂ ਫਿਰ ਫੀਲਿੰਗ ਕਿਵੇਂ ਹੈ, ਨਰਵਸ ਤਾਂ ਨਹੀਂ? ਥੋੜਾ ਜਿਹਾ ਹੈਗੇ ਵੀ ਹੈ ਕਿਉਂਕਿ ਪਹਿਲਾ ਸ਼ੂਟ ਹੈ ਨਾ, ਤਾਂ ਥੋੜਾ ਨਰਵਸ ਹੋਣਾ। ਬਾਕੀ ਲੁੱਕ ਦੇਖੋ ਬਾਈ ਦਾ, ਇੱਕ ਨੰਬਰ ਲੱਗ ਰਿਹਾ ਹੈਗਾ। ਅੱਛਾ, ਹਾਂ ਪੂਰਾ ਘੈਂਟ ਆ। ਟੈਟੂ ਵੀ ਦਿਖਾ ਦੇ ਮਾੜਾ ਜਿਹਾ, ਟੈਟੂ ਨਹੀਂ ਕਲੋਜ਼ ਆ। ਵਾਹ, ਇੱਧਰ ਆਹ ਬੈਠਾ ਹੈ, ਇਹਨੇ ਬਹੁਤ ਟਾਈਮ ਲਾਤਾ ਨਹਾਉਣ ਕਰਨ ਨੂੰ। ਦੇਖਿਆ ਤੇਰੀ ਲੁੱਕ ਦਿਖਾ ਦੇ, ਇਹ ਬੰਦਾ ਕੱਲ ਦੇਸੀ ਆ ਬਣਿਆ ਹੋਇਆ ਸੀ, ਅੱਜ ਦੀ ਪੂਰੀ ਲੁੱਕ ਦੇਖ ਲਓ। ਠੀਕ ਹੈ, ਬਹੁਤ ਟਾਈਮ ਲਗਾ ਮੈਂ ਨਹਾ ਲਿਆ, ਸਭ ਸਲੇਟ ਰੈਡੀ ਹੋਏ। ਕੌਣ? ਮੈਂ 5 ਮਿੰਟ ਚ ਹੋ ਗਿਆ ਰੈਡੀ। ਆਹ ਵਾਲਾ ਹੋਟਲ ਸੀ, ਘਟਿਆ ਹੋਟਲ, ਇੱਕ ਨੰਬਰ ਦਾ। ਠੀਕ ਹੈ, ਜੇ ਕੋਈ ਇੱਥੇ ਖਰੜ ਆਊਗਾ ਇੱਥੇ ਨਾ ਰਹੀਓ ਕਦੇ ਵੀ। ਮਤਲਬ ਇੱਥੇ ਕੀ, ਮੈਂ ਤਾਂ ਕਹਿੰਦਾ ਖਰੜ ਦੇ ਕਿਸੇ ਵਧੀਆ ਨਾ ਬੰਦੇ ਦੇ ਦੇਣਾ, ਖਰੜ ਦੇ ਕਿਸੇ ਵੀ ਹੋਟਲ 'ਚ ਰਹਿਣੀ ਨਹੀਂ ਚਾਹੀਦਾ, ਘਟੀਆ ਹੋਟਲ ਲੈਂਗੇ, ਬੇਕਾਰ ਹੋਟਲ ਹੈ ਨਾ। ਇੱਧਰ ਤਿਆਰੀ ਆ, ਗੱਡੀ ਆਪਣੀ ਗਰਮ ਹੋ ਰਹੀ ਹੈ ਥੋੜ੍ਹੀ ਜਿਹੀ, ਗਰਮ ਕਰ ਲਈਏ। ਮੈਂ ਕਿਹਾ ਇੰਨੇ ਆ ਖੜੇ ਨੇ ਬੰਦੇ ਆਪਣੇ ਤਿਆਰ, ਮਾਹੌਲ ਸਵੇਰ ਦਾ ਵਧੀਆ ਲੱਗ ਰਿਹਾ ਥੋੜ੍ਹਾ ਜਿਹਾ। ਉੱਧਰ ਸਾਹਮਣੇ ਪਹਾੜ ਵੀ ਨੇ ਪਰ ਦਿਖਦੇ ਨਹੀਂ ਹੈਗੇ। ਬਸ ਹੁਣ ਲੋਕੇ ਪਹਿਲਾਂ ਤਾਂ ਲੋਕੇਸ਼ਨ 'ਤੇ ਜਾਣਾ, ਹੁਣ ਤਾਂ ਬਸ ਸਿੱਧਾ, ਹੁਣ ਤਾਂ ਲੋਕੇਸ਼ਨ 'ਤੇ ਜਾ ਕੇ ਮਿਲਾਂਗੇ, ਦੇਖਦੇ ਹਾਂ ਉੱਥੇ ਵਧੀਆ ਵਧੀਆ ਸੀਨ ਸ਼ਾਟ ਲਵਾਂਗੇ ਹੈ ਨਾ, ਜਿਵੇਂ ਵੀ ਬਣੂਗਾ ਸਿਸਟਮ ਉਵੇਂ ਦੇਖਦੇ ਹਾਂ ਕਰਕੇ। ਤੂੰ ਕੀ ਕਰੀ ਜਾਂਦਾ? ਐਡੀਟਿੰਗ ਕਰ ਰਿਹਾ ਬ੍ਰੋ। ਇਹ ਨਾ ਪਾ ਵਿੱਚ, ਇਹ ਜਦੋਂ ਮੈਨੂੰ ਅੰਗੂਰ ਕੇ ਸਾਹਮਣੇ ਲੰਗੂਰ ਕਰ ਰਹੇ ਸੀ। ਨਹੀਂ ਅੱਛਾ, ਟ੍ਰੇਨਿੰਗ ਹੋ ਰਹੀ ਹੈ ਭਰਾਈ ਤੁਹਾਡੀ, ਮਿਹਨਤ ਕਰ ਰਿਹਾ ਬੰਦਾ, ਹਾਰਡ ਵਰਕ ਕਰ ਰਿਹਾ, ਤੁਹਾਨੂੰ ਕੀ ਪਤਾ। ਇਹ ਆਪਣੀ ਮੇਕਿੰਗ ਮਨ ਰਹੀ ਹੈ ਸਮੋਕ ਗਨ ਦੀ, ਠੀਕ ਹੈ। ਜਿਹਨੂੰ ਜਿਹਨੂੰ ਗਾਣਾ ਵਧੀਆ ਲੱਗਿਆ ਤਾਂ ਜੀ, ਆਪਾਂ ਲੋਕੇਸ਼ਨ ਤੇ ਪਹੁੰਚ ਗਏ ਹੈਗੇ। ਆ ਤਾਂ ਕੁਰਸੀ ਉਹ ਹੈ ਖਤਰਨਾਕ ਹੈ, ਤੇ ਲੋਕੇਸ਼ਨ ਤੇ ਪਹੁੰਚਣ ਨੂੰ ਕਾਫੀ ਟਾਈਮ ਹੋ ਗਿਆ, ਪਹਿਲਾ ਵੀਡੀਓ ਰਿਕਾਰਡਿੰਗ ਮੈਂ ਬਣਾਈ ਨਹੀਂ ਹੈਗੀ। ਤੇ ਇਹ ਆਪਣਾ ਬਾਈ ਰਵਿੰਦਰ ਸੱਗੂ, ਇਹਦਾ ਮੇਕਅਪ ਰੂਮ ਹੈ ਇਹ, ਤੇ ਬਾਹਰੋਂ ਲੋਕੇਸ਼ਨ ਦਿਖਾ ਦਿੰਦੇ ਥੋੜ੍ਹੀ ਜਿਹੀ ਵਧੀਆ। ਇੱਧਰ ਬੰਦੇ ਖੜੇ ਨੇ ਆਪਣੇ, ਜਿਵੇਂ ਇੱਧਰ ਦੇਖ ਲਓ ਤੁਸੀਂ ਹੈ ਨਾ, ਵੀ ਸਾਰਾ ਸੈੱਟ ਵਧੀਆ ਬਣੇ ਹੋਏ ਨੇਗੇ। ਇੱਧਰ ਥੋੜ੍ਹਾ ਜਿਹਾ ਬਾਹਰਲੀ ਲੁੱਕ ਜੀ ਦੇਣ ਦੀ ਕੋਸ਼ਿਸ਼ ਕਰੀ ਹੋਈ ਆ, ਮਤਲਬ ਤਾਂ ਕੱਲ੍ਹ ਸ਼ੂਟ ਸੀਗਾ ਇੱਥੇ ਅਤੇ ਤਾਂ ਕਰਕੇ ਉਹ ਪਿਆ ਗਾ, ਥੋੜ੍ਹਾ ਜਿਹਾ ਗੰਦਾ ਜਿਹਾ ਪਿਆ ਗਾ, ਲੇਟ ਨਾਈਟ ਤੱਕ ਚੱਲਿਆ ਹੋਊਗਾ। ਹਾਂ ਦੇਖੋ, ਸੀਟਾਂ ਥੱਲੇ ਪਿੱਤਲਾਂ ਦੇ ਖੋਲ ਹੋਣਗੇ, ਚੌਕਲੇਟ ਵਾਲੀ ਪੂਰੀ ਮੰਗ ਨਾ ਹੋਣੀ, ਲੋੜ ਨਹੀਂ ਬਰੇਟ ਬਸ ਕੋਲ ਹੋਣਗੇ। ਇੱਧਰ ਆ ਸ਼ੂਗਰ ਵਗੈਰਾ ਲੈਂਪ ਵਗੈਰਾ ਲਾਏ ਹੋਏ ਨੇ, ਆ ਪੁਰਾਣਾ ਟੱਚ ਆ ਗਈ ਜਿਵੇਂ ਪੁਰਾਣੇ ਘਰ ਜੇ ਹੁੰਦੇ ਨੇਗੇ, ਉਹ ਚੀਜ਼ ਹੈ ਹੈਨਾ। ਹਾਂ ਦੇਖੋ, ਇਹ ਬਹੁਤ ਵਧੀਆ ਚੀਜ਼ ਬਣਾਈ ਹੈ, ਉਹ ਟੀ ਵੀ ਜਿਵੇਂ ਉਹ ਸਿੱਧੂ ਮੂਸੇਵਾਲੇ ਦੇ ਗਾਣੇ 'ਚ ਕਰਿਆ ਹੋਇਆ ਉਹ ਚੀਜ਼ ਜੀ ਪਈ ਹੈਗੀ। ਵਧੀਆ ਲੋਕੇਸ਼ਨ ਹੈ ਮਤਲਬ ਜਿੱਥੇ ਤੱਕ ਸਾਨੂੰ ਲੱਗਦਾ, ਬਾਕੀ ਹੁਣ ਜਦੋਂ ਗਾਣਾ ਰੈਡੀ ਹੋਊਗਾ ਬਾਈ ਉਹਨੀ ਕਰਨਗੇ, ਉਦੋਂ ਦੇਖਦੇ ਹਾਂ। ਬਾਕੀ ਆਹ ਪਤਾ ਨਹੀਂ ਕੀ ਹੈਗਾ, ਮਸਜਿਦ ਜੀ ਵਾਂਗੂ ਬਣਾਇਆ ਹੋਇਆ ਕੁਛ। ਬਾਕੀ ਆਪਾਂ ਵੀ ਆਪਣੀਆਂ ਫੋਟੋਆਂ ਖਿੱਚਾਂਗੇ ਵਗੈਰਾ ਸਾਰਾ ਸਿਸਟਮ।
इधर वधिया सिस्टम बनया होगा देखो क्या बात है आता बहुत वधिया चीज बनी हुई है सही है काम इधर भी बने हुआ कुछ कुछ तो बस अं काफ़ी कुछ है आ गई इतने खड़ी है हाँ हाँ इधर भी कुछ बनाया होगा जिमें चूड़िया अच्छा मतलब मेला मुला जिमें चलता होंगे गाने गुने मेले मुले वाले सीन देखते हो वो इतें ही होंगे होने जिमें आ चूड़िया चाड़ियाँ पईया ने इतने पहले ही तैयार करिया जुत्तियां पईया ने बस इतने दुकाना लग जा ने वो चीज़ हैगी चलो जी आप इतने बह गए घर जे एक मतलब जोड़े गाने गुने देखे होना वधिया चीज़ इतने रविंदर सग्गू बैठा है टैटू नाल इधर आप रेस्ट कर लिए मैं थोड़ी जी ना फोटा फोटा खिंच लिए दो चार तो हजे तो कम शुरू होया नहीं गा ब्रेकफास्ट पहला ब्रेकफास्ट वगैरह करा उस तो बाद शुरू करा कम तो बाकी उन्होंने देखते हैं कदों करते हैं कदों नहीं कदों बाई होनी स्टार्ट करने के कम बाकी बाई होनी कम तो वधिया ही करते हैं कि बाइयों का कम बहुत वधिया है कि तुम जो गाना आऊगा देख ही गाना जो देख ही लिया हूँ तक तो जो वीडियो आई इस तो पहला गाना देख ही चुके हो गए बहुत वधिया कम है जो वधिया लगे तो गाने शेयर तो करना ही है तो कहने की लोड़ ही नहीं हैगी वधिया लगना ही है ना तो जस भी इधर लग्या हुआ अपनी वीडियो वगैरह बना पर गया हो जे अज का थोड़ा जहा लंबा होया ब्लॉग इन दो पार्ट के पावे बाकी लोकेशन पूरी जबरदस्त लोकेशन बनी हुई है बस थोड़ी सफाई की घाट है ना सफाई घट है हाँ वो मैं भी यही सोचा सी क्योंकि सारे कितने कापी कुप खेड़े पे ने गे चलो बाकी अगे देखने की बनता है बंदा हो रहा तैयार अपना देखा लुक तेरी अच्छा बात है इतने करी माड़े इधर हाँ जी रविंदर जी उधर बाहर कटता कमरे चो अपने आर्टिस्ट बंदे आ गए मॉडल आला कमरा जो एसी आला मेन एसी लाया हुआ मॉडल सानू दसता नहीं अपने ਵਿਲਨ ਦਾ ਰੋਲ ਕਰ ਰਹੇ ਨੇਗੇ ਸੌਂਗ ਦੇ ਵਿੱਚ ਬਾਈ ਜੀ ਨਾਮ ਮੇਰਾ ਜੀ ਵਰਪਾਲ ਸਿੰਘ ਵਰਪਾਲ ਸਿੰਘ ਹਾਂਜੀ ਤੇ ਇਹਨਾਂ ਦੇ ਪਹਿਲਾਂ ਵੀ ਬਹੁਤ ਗਾਣੇ ਆ ਚੁੱਕੇ ਨੇ ਵੱਡੇ ਵੱਡੇ ਆਰਟਿਸਟਾਂ ਨਾਲ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਜਾ ਕੇ ਸਿੱਪੀ ਗਿੱਲ ਬਾਈ ਨਾਲ ਵੀ ਆਇਆ ਹੋਣਾ ਸਾਡਾ ਗਾਣਾ ਸਿੱਪੀ ਗਿੱਲ ਜੋਰਡਨ ਸੱਧੂ ਇਹ ਵੀ ਬਾਈ ਜੀ ਨਾਲ ਹੀ ਆਏ ਹੋਏ ਨੇਗੇ ਨਿੰਜਾ ਦੇ ਨਾਲ ਵੀ ਇਹਨਾਂ ਦਾ ਗਾਣਾ ਆਇਆ ਠੀਕ ਹੈ ਸਿੰਗਰ ਜਿਹੜਾ ਨਿੰਜਾ ਠੀਕ ਹੈ ਹੋਰ ਵੀ ਕਾਫੀ ਅਰਜਨ ਢਿੱਲੋਂ ਦੇ ਨਾਲ ਵੀ ਆਇਆ ਅੱਛਾ ਅੱਛਾ ਗੁਰਮਨ ਸੱਧੂ ਅਬਰਾਮ ਦੇ ਨਾਲ मतलब बाई जी बहुत फेमस ने अपन मौका मिले बाई जी मिलन का बाई जी फोटो भी खिंची है बाकी इंस्टाग्राम से पावे तुम देख सकते हो ठीक है जिन्हें इंस्टाग्राम से नहीं फॉलो करे इंस्टाग्राम से भी फॉलो कर सकते हो आप लिंक पा देंगे बाई का भी लिंक पा देंगे तो अपना भी लिंक तो होंगे ही होंगे ठीक है इन्हों करके साडा गाना जरूर देखियो क्योंकि गाना तो चलो असं तो किया ही है पर इन्हों की जी एक्टिंग है वो बहुत वधिया होगी तो तुम जरूर देखोगे कम भी इन्होंने बहुत सोहना किया जरूर देखियो अपनी तो कोशिश होंगी है कि असी बहुत वधिया काम करिए वेखो सारी टीम लगी आ बड़ी मेहनत आ रात भी असी सारे जाके इतने अपना वर्क किया जे हुण बाद इतने आए थे सारी टीम ही बहुत वधिया गैवी इंडिया नहीं भाजी नहीं साडे वो तो उन्होंने क्या गल आपां तो उन्होंने बारे कुछ कह नहीं सकते इंसान वधिया ने तो उन्होंने मैं काफ़ी वारी काम किया वा और बहुत मजा आ रहा मैं अज भी अपने सारे सिंगर साहब ना इन्होंने नाल सारे दोस्त आए फ्रेंड आए सारे नाल मिल के मैं बहुत ज्यादा खुशी हुई है तो तुम जरूर यह गाना वेखना ना भुनना कमेंट करना लाइक करना तो वध तो वेयर करना हिमांशु जी आ गए ब्लॉगर बहुत बड़े ब्लॉगर ने गे थैंक यू भाई थैंक यू हाँ जी हाँ थैंक यू फॉर सपोर्टिंग बाई जी का कल ही ब्लॉग आया सीगा परसों आया ना परसों बाई जी का ब्लॉग आया सीगा बड़ा वधिया हैगा ते बाकी जिन्हें नहीं देखा ओ भी देखो हिमांशु हिमांशु शर्मा के नाम से चैनल है बाकी लिंक आप पाई देवांगे ठीक है वो भी जाके तुसी देख सकते होंगे बाई बहुत वधिया ब्लॉगिंग करता बोलता बहुत वधिया करता मैं देखेगा मैं बाई दी वीडियो भी काफी देखी फिर बाई ने सर्च करया जो बाई ने शेयर करया सीगा मैं मतलब थोड़ी वीडियो देखी होर भी जिवें तुसी होर भी शूट करे नेगे सारे देखे फिर मैं ब्लॉग ते बहुत वधिया बाई सिस्टम बाई का सारा सिस्टम ते बोलता ज्यादा जिवें ओही चीज वधिया लगदी है ना ब्लॉगिंग च जिवें आपां तां घट
ਬੋਲਾਂਗੇ ਨਹੀਂ ਤਾਂ ਬੰਦਾ ਐਂਟਰਟੇਨ ਕਿੱਥੋਂ ਹੋਊਗਾ ਉਹੀ ਗੱਲ ਹੈ ਉਹੀ ਗੱਲ ਹੈ ਬਾਈ ਦਾ ਵਲੌਗ ਦੇਖ ਕੇ ਆਪਾਂ ਐਂਟਰਟੇਨ ਹੋਏ ਪੂਰੀ ਐਨ ਵਧੀਆ ਲੱਗਿਆ ਪਰ ਆਪਣਾ ਇੰਨਾ ਹੋਣਾ ਹੀ ਹੁੰਦਾ ਚਲੋ ਨਹੀਂ ਭਾਈ ਤੁਸੀਂ ਸਹੀ ਬੋਲਦੇ ਪਏ ਹੋ ਸਹੀ ਬੋਲਦੇ ਪਏ ਨਾ ਵੀਰੇ ਨਾ ਹਲੇ ਤਾਂ ਸ਼ੁਰੂਆਤ ਹੀ ਹੈ ਚੱਲ ਹਨਾ ਨਹੀਂ ਠੀਕ ਹੈ ਜੇ ਬੰਦਾ ਸ਼ੁਰੂਆਤ ਨਹੀਂ ਕਰੇਗਾ ਫਿਰ ਅੱਗੇ ਕਿੱਥੇ ਉਹੀ ਤਾਂ ਗੱਲ ਹੈ ਵੀ ਸ਼ੁਰੂਆਤ ਸਭ ਤੋਂ ਵੱਡੀ ਚੀਜ਼ ਹੈ ਕੋਈ ਵੀ ਚੀਜ਼ ਹੈ ਉਹਦੀ ਸ਼ੁਰੂਆਤ ਸਭ ਤੋਂ ਵੱਡੀ ਬਿਲਕੁਲ ਸਹੀ ਗੱਲ ਹੈ ਉਹ ਕਹਿੰਦੇ ਨਾ ਘਰ ਦੀ ਨੀਂਹਾਂ ਭਰੋ ਸਭ ਤੋਂ ਪਹਿਲਾਂ ਇਹੀ ਵਾਲਾ ਕੰਮ ਹੈ ਬਿਲਕੁਲ ਸਹੀ ਸਭ ਤੋਂ ਪਹਿਲਾਂ ਕੁਛ ਨਾ ਕੁਛ ਤਾਂ ਸਟਾਰਟ ਕਰਨਾ ਪੈਂਦਾ ਬਾਕੀ ਹੁਣ ਚੱਲ ਰਿਹਾ ਕੰਮ ਸਾਰੇ ਖਿੱਲ ਰਹੇ ਹੋਏ ਨੇ ਇੱਧਰ ਉੱਧਰ ਸੈੱਟ ਸੁੱਟ ਰੈਡੀ ਕਰ ਰਹੇ ਨੇ ਬਾਕੀ ਅੱਗੇ ਅੱਗੇ ਜਿਵੇਂ ਜਿਵੇਂ ਹੁੰਦਾ ਜਾਊਗਾ ਦਿਖਾਉਂਦੇ ਜਾਵਾਂਗੇ ਠੀਕ ਹੈ ਮਿਲਦੇ ਆ ਅੱਗੇ ਪਹਿਲਾਂ ਉਹ ਰੇਡੀ ਹੋ ਚੁੱਕਿਆ ਹੈਗਾ ਕੀ ਸੀ ਸ਼ੋਰਟ ਹੈ ਨਾ ਸ਼ੋਰਟ ਚੱਲਿਆ ਮੁੰਡਾ ਮੇਕਅਪ ਮੁਕਅਪ ਕਰਕੇ ਵਧੀਆ ਹੈ ਨਾ ਧੱਕ ਪਾ ਰਿਹਾ ਇਹਦੀ ਰੀਲ ਬਣ ਜੂ ਇੱਦਾਂ ਬਾਈ ਜਾ ਕੇ ਪੰਗਾ ਲੈਣਗੇ ਇਹ ਬਾਈ ਪੰਗਾ ਲਊ ਜਾ ਕੇ ਫਿਰ ਬਸ ਉੱਥੇ ਜਾ ਕੇ ਉਹ ਦਿਖਾ ਰਿਹਾ ਉਹ ਸੀਨ ਸਮਝਾ ਰਹੇ ਨੇ ਬਸ ਉਹਨੂੰ ਵੀ ਕਿਵੇਂ ਦਾ ਸੀਨ ਹੈ ਕੀ ਫਲਾਣਾ ਢਿਮਕਾ ਅਤੇ ਪਿੱਛੇ ਆਪਣਾ ਕਰਾਊਡ ਖੜਾ ਸਾਰਾ ਇੱਕ ਓਪਨ ਕੈਫੇ ਕ੍ਰੀਏਟ ਕਰਿਆ ਇੱਥੇ ਆਪਾਂ ਨੇ I felt like I've been waiting my whole life. Is this so old? I can hear each sound calling my name. Setting ਚੱਲ ਰਹੀ ਹੈ ਉਹ ਲਾਈਆਂ ਹੋਈਆਂ ਕੋਈ ਸਿਸਟਮ ਕਰਨ ਨੂੰ ਉਹ ਬੈਠਾ ਰਵਿੰਦਰ ਤਿਆਰ ਬੈਠਾ ਉਹ ਸ਼ੋਟ ਦੇਣ ਲਈ ਆਪਣਾ ਇੱਧਰ ਫਤਿਹ ਸਿੱਧੂ ਜੀ ਕੁਛ ਨਾ ਕੁਛ ਕਰੀ ਜਾਂਦੇ ਨੇ ਇਹਦੇ 'ਚ ਆਪਣਾ ਬੋਲਣ ਦੀ ਲੋੜ ਤਾਂ ਨਹੀਂ ਹੁੰਦੀ ਨਾ ਨਾ ਆ ਵੀ ਬਾਈ ਲੱਗਿਆ ਹੋਇਆ ਦੇਖੋ ਯਾਰ ਸਿੱਧੂ ਇੱਧਰ ਵਾਲਿਆਂ ਨੂੰ ਕਰਾਉਣਾ ਇੱਧਰ ਵਾਲਿਆਂ ਨੂੰ ਭਾਜੀ ਪੂਰੀ ਮਿਹਨਤ ਕਰ ਰਹੇ ਨੇ ਇੱਧਰ ਨੂੰ ਕਰਾ ਦੇ ਇੱਧਰ ਸ਼ੋਟ ਇੱਦਾਂ ਦਾ ਰੇਡੀ ਹੋ ਰਿਹਾ ਕੰਮ
ਪਾਸਿੰਗ ਵਾਲੇ ਉੱਧਰ ਹੀ ਚੱਲੇ ਠੀਕ ਹੈ ਜੀ ਰੋਲਿੰਗ ਐਕਸ਼ਨ ਪਾਸਿੰਗ ਕਰ ਦੋ ਕਰ ਦੋ ਹੱਥ ਮਾਰ ਕੇ ਜਿਦਵਿੰਦਰ ਦਾ ਆ ਗਿਆ ਸ਼ਾਟ ਹੁਣ ਦੇਖਦਾ ਕੀ ਰੰਗ ਲਾਉਂਦਾ ਇਹ ਪਹਿਲੇ ਸੀਨ ਦੇ ਵਿੱਚ ਸੀਨ ਸਮਝਾਇਆ ਜਾ ਰਿਹਾ ਵੀ ਕੀ ਸੀਨ ਹੈ ਕਿਵੇਂ ਦਾ ਬਾਕੀ ਹੁਣ ਦੇਖਦਾ ਕੀ ਕਰੂਗਾ ਕੀ ਨਹੀਂ ਉਹ ਸਿੱਧੂ ਕਰੀ ਸਿੱਧੂ ਅੱਗੇ ਸਿੱਧੂ ਇੱਧਰ ਖੜਾ ਨਾ ਇੱਧਰ ਹਾਂ ਇੱਥੇ ਥ੍ਰੀ ਐਕਸ਼ਨ ਇੱਕ ਮਿੰਟ ਰੁਕ ਜੀ ਮੈਮ ਚਲੋ 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 ਮੈਮ ਕੰਟੀਨਿਊ ਚਲੋ ਭਾਜੀ ਕਰੋ ਐਂਟਰ ਇੱਕ ਇੱਕ ਮਿੰਟ ਰੁਕੋ ਕਿਆ ਨਹੀਂ ਰੁਕ ਜੋ ਰੁਕ ਜੋ ਪਹਿਲਾ ਸੀਨ ਤਾਂ ਖਰਾਬ ਹੋ ਗਿਆ ਕੈਮਰੇ 'ਚ ਦੇਖ ਰਿਹਾ ਰਵਿੰਦਰ ਨੇ ਅਤੇ ਹੁਣ ਦੇਖਦੇ ਕੀ ਬਣਦਾ ਉਹਦਾ ਬਸ ਉਹਨਾਂ ਨੂੰ ਕਹਿ ਦਿਓ ਕਿ ਤੁਹਾਡੇ ਲਈ ਲੈ ਆਰਾਮ ਨਾਲ ਹਾਂ ਅੱਗੇ ਖੜੋ ਥੋੜ੍ਹਾ ਉਹਨਾਂ ਨੂੰ ਖੜੇ ਜਾਣ ਦਿਓ ਰੱਖ ਦਿਓ ਮੈਮ ਗੱਲਾਂ ਕਰੋ ਗੱਲਾਂ 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 ਓਕੇ ਹੱਥ ਧਾਰ ਲਓ ਹੱਥ ਧਾਰ ਲਓ ਮੈਮ ਫੋਕਸ ਆਊਟ ਹੱਥ ਧਾਰ ਲਓ ਮੈਮ ਥੋੜ੍ਹਾ ਫੇਰ ਦਿਓ ਮੈਮ ਭਾਜੀ ਇਹ ਮੇਕਿੰਗ ਤੁਸੀਂ ਕਿਸ ਲਈ ਬਣਾ ਰਹੇ ਹੋ ਇਹ ਭਾਜੀ ਇੱਕ ਤਾਂ ਆਪਣੇ ਭਾਈ ਜੀ ਦਾ ਚੈਨਲ ਹੈ ਜਿਹੜਾ ਕਾਲਾ ਰੈਕਟ ਜਿਹਦੇ ਸੌਂਗ ਆਉਣਾ ਹੈਗਾ ਅੱਛਾ ਅੱਛਾ ਇੱਕ ਤਾਂ ਉਹਦੇ ਲਈ ਇੱਕ ਆਪਣਾ ਵੀ ਚੈਨਲ ਹੈ ਦਾਸ ਦਾ BCS ਵਲੌਗਸ ਇੱਕ ਮੈਂ ਉੱਥੇ ਬਣਾਉਣੀ ਆ ਥੋੜ੍ਹੀ ਜਿਹੀ ਅਤੇ ਉੱਥੇ ਥੋੜ੍ਹੇ ਮੋਟੇ ਵਲੌਗ ਆਉਂਦੇ ਰਹਿੰਦੇ ਨੇ ਆਪਣੇ ਕਦੇ ਕਦੇ ਕੋਸ਼ਿਸ਼ ਕਰੀ ਦੀ ਹੈਗੀ ਬਾਕੀ ਬਾਈ ਜੀ ਹੁਣੀ ਵਧੀਆ ਕੰਮ ਕਰ ਰਹੇ ਨੇਗੇ ਬਾਈ ਹਿਮਾਂਸ਼ੂ ਵੀ ਆਪਣਾ ਆਪਾਂ ਹੁਣੀ ਹਿਮਾਂਸ਼ੂ ਜੀ ਦੇ ਸਬਸਕ੍ਰਾਈਬਰ ਹੋ ਗਏ ਇੱਕ ਤਰ੍ਹਾਂ ਦੇ ਥੈਂਕ ਯੂ ਸਬਸਕ੍ਰਾਈਬ ਕਰਿਆ ਸੀ ਪਰਸੋਂ ਚੈਨਲ ਦਾ BCS ਵਲੌਗ ਜੀ BCS ਵਲੌਗ BCS ਹਾਂ BCS ਵਲੌਗ ਇਹਦੀ ਫੁੱਲ ਫਾਰਮ ਵੈਸੇ ਤੁਹਾਡਾ ਆਪਣਾ ਇੱਕ ਹੋਰ ਚੈਨਲ ਹੈ ਕੁਕਿੰਗ ਵਾਲਾ ਦੇਸੀ ਕੁਕਿੰਗ ਸਟਾਈਲਸ ਅਤੇ ਉਹਦੀ ਫੁੱਲ ਫਾਰਮ ਇਹ ਹੈ ਜੀ ਅੱਛਾ ਅੱਛਾ ਦੇਸੀ ਕੁਕਿੰਗ ਸਟਾਈਲ ਠੀਕ ਹੈ ਠੀਕ ਹੈ ਇੱਕ ਫਿਰ ਤੁਸੀਂ YouTube ਕਰਦੇ ਆ ਹਾਂਜੀ ਮੈਨੂੰ ਸੁਣਨ ਚਾਹਿਆ ਫੋਕਸ ਨਹੀਂ ਸੀਗਾ ਮੇਰੇ ਨਾਮ ਗਰਮੀ ਜ਼ਿਆਦਾ ਹੈ ਬ੍ਰੇਕਫਾਸਟ ਕੀਤਾ ਨਹੀਂ ਹੈ ਦਿਮਾਗ ਨੂੰ ਗੈਸ ਚੜ ਰਹੀ ਹੈ ਬਾਈ ਜੀ ਨੂੰ ਪਸੀਨਾ ਪਸੀਨਾ ਆ ਰੱਖਿਆ ਹੈ ਨਾ ਮਾਰੇ ਬਹੁਤ ਮਤਲਬ
ਸਟਰਗਲ ਵੀਰ ਜੀ ਮਿਹਨਤ ਬਹੁਤ ਕਰਦੇ ਨੇ ਪੂਰੀ ਮਿਹਨਤ ਹੈ ਉਧਰੋਂ ਮਣੀ ਬਾਈ ਵੀ ਮਿਹਨਤ ਕਰ ਰਿਹਾ ਉਹਦੇ ਕੋਲ ਬੈਠਾ ਉੱਥੇ ਬਾਈ ਦਾ ਪੂਰਾ ਯੋਗਦਾਨ ਹੈ ਔਰ ਇਹਨਾਂ ਦੀ ਸਕਸੈਸ 'ਚ ਹਾਂ ਹਰੇਕ ਇਨਸਾਨ ਦੇ ਪਿੱਛੇ ਇੱਕ ਜਨਾਨੀ ਦਾ ਹੱਥ ਹੁੰਦਾ ਪਰ ਉਸਤਾਦ ਜੀ ਦੇ ਉਸਤਾਦ ਜੀ ਸਕਸੈਸ ਵਿੱਚ ਦੋਨਾਂ ਦਾ ਡੋਨਰ ਹੱਥ ਹੈ ਤਾਂ ਹੀ ਕਹਿ ਰਹਾ ਲੋਕ ਕਰ ਲਿਆ ਸੀਨ ਸਮਝਾਇਆ ਜਾ ਰਿਹਾ ਹੈਗਾ ਫਾਇਰ ਕਰੂਗਾ ਸੀਨ ਸਮਝਾਇਆ ਨਹੀਂ ਹਿਮਾਂਸ਼ੂ ਸ਼ਰਮਾ ਸਬਸਕ੍ਰਾਈਬ ਟੂ ਹਿਮਾਂਸ਼ੂ ਸ਼ਰਮਾ ਹੁਣ ਭਰਾਓ ਜੀ ਆਪਾਂ ਤਾਂ ਬ੍ਰੇਕਫਾਸਟ ਕਰਨ ਆ ਗਏ ਅਤੇ ਬ੍ਰੇਕਫਾਸਟ ਭੁੱਖ ਲੱਗੀ ਸੀਗੀ ਅਤੇ ਆਪਾਂ ਤਾਂ ਬ੍ਰੇਕਫਾਸਟ ਖਾ ਬ੍ਰੇਕਫਾਸਟ ਖਾ ਕੇ ਫਿਰ ਮਿਲਦੇ ਹਾਂਗੇ ਹੁਣ ਤਾਂ ਬ੍ਰੇਕਫਾਸਟ ਹੋ ਚੁੱਕਿਆ ਬ੍ਰੇਕਫਾਸਟ ਕੀ ਲੰਚ ਹੀ ਹੋਇਆ ਇੱਕ ਤਰ੍ਹਾਂ ਦਾ ਅਤੇ ਸ਼ੂਟ ਹੁਣ ਦੁਬਾਰਾ ਸ਼ੁਰੂ ਹੋ ਚੁੱਕਿਆ ਹੁਣ ਇਹ 'ਚ ਫਾਇਰ ਕੱਢੂਗਾ ਉਹ ਆਪਾਂ ਦਿਖਾਉਂਦੇ ਹਾਂ ਬਿਹਾਈਂਡ ਦਾ ਸੀਨ ਕਿਵੇਂ ਚੱਲਦੇ ਨੇ ਫਾਇਰ ਹੁਣ ਇਹ ਗੰਨ 'ਚੋਂ ਨਿਕਲੂ ਫਾਇਰ ਫਿਰ ਨਿਕਲੂ ਨਾਲ ਸਮੋਕ ਫਿਰ ਚੱਲੂ ਤੂੰ ਕਿੱਥੋਂ ਭਾਲੇ ਇੱਧਰ ਕਵੈਤ ਦਾ ਤੇਰੇ ਮੇਰੇ ਕੋਲੋਂ ਮਿਲੂਗੀ ਸਮੋਕ ਗੰਨ ਦੀ ਗੋਲੀ ਚੱਲਣੀ ਹੈ ਗੰਨ ਵਾਲਾ ਬਾਈ ਕਿੱਥੇ ਰੈਡੀ ਹੈ ਨਾ ਵੀਰੇ ਗੋਲੀ ਨੀ ਚੱਲੀ ਗੋਲੀ ਹੈਂਗ ਹੋ ਗਈ ਨਹੀਂ ਬਹੁਤ ਦਬ ਕੇ ਦੱਬੀ 1 2 3 ਐਕਸ਼ਨ ਪਿੱਤਲ ਦੇ ਖੋਲ ਨਿਕਲਿਆ ਜੀ ਪਿੱਤਲ ਦਾ ਖੋਲ ਕੀ ਮਜ਼ਾ ਆਇਆ ਤੁਹਾਨੂੰ ਨਕਲੀ ਵਾਲੀ ਗੋਲੀ ਚਲਾ ਕੇ ਅਸਲੀ ਚਲਾਉਣੀ ਚਲਾਉਣੀ ਨਕਲੀ ਚਲਾਉਣੀ ਹਾਂ ਵੀ ਕਿਵੇਂ ਲੱਗਿਆ ਕੰਮ ਹਾਂ ਵਧੀਆ ਲੱਗਿਆ ਝਟਕਾ ਵੱਜਿਆ ਵਧੀਆ ਹਾਂਜੀ ਹਾਂ ਉਹ ਬੈਠੇ ਨੇ ਬੰਦੇ ਪੰਗਾ ਲੈਣ ਨੂੰ ਜ਼ਿਆਦਾ ਸਿਗਰਟ ਅੱਗੇ ਨਾ ਕਰੋ ਜੀ ਨਾ ਵਰਪਾਲ ਜੀ ਆਪਣੇ ਆਪ ਨੈਚੁਰਲ ਕਰਨਾ ਜਿਵੇਂ ਮਰਜ਼ੀ ਕਰਨਾ ਰੈਡੀ ਰੋਲ ਸਿਗਰਟ ਜ਼ਿਆਦਾ ਅੱਗੇ ਨਾ ਕਰਨਾ ਫਿਰ 1 2 3 ਐਕਸ਼ਨ ਰਾਮ ਭਾਈ ਗੱਲਾਂ ਕਰੋ ਰਾਮ ਭਾਈ ਬਾਲਾਂ 'ਚ ਹੱਥ ਵੇ ਤੂੰ ਆਹ ਬੁੱਕੋ ਹਾਂ ਇੱਕ ਵਾਰੀ ਹੋਰ ਵਾਵਾ ਕਾਸ਼ੀਆ ਲੈ ਲਓ ਇੱਕ ਹੋਰ ਠੀਕ ਹੈ ਘੱਟ ਹੈ ਬਸ ਬਹੁਤ ਗਾਂਧਾ ਸੁੱਕਣ ਜਾਣਾ ਚਾਹੀਦਾ ਠੀਕ ਹੈ ਜੀ ਮਣੀ ਤੂੰ ਆਏਗਾ 3 ਐਕਸ਼ਨ
ਗੱਡੀ ਚੱਲੀ ਅੰਦਰ ਹੁਣ ਇਹਦੇ ਲੈ ਜਾਣਗੇ ਮੈਂ ਕਿਹਾ ਸਿੰਕ ਗੱਡੀ ਦੇ ਉੱਪਰ ਅੰਦਰ ਜਾ ਰਹੀ ਹੈਗੀ ਉੱਥੇ ਖੜੀ ਸੀ ਪਹਿਲਾਂ ਇਹ ਸਿੰਕ ਸੁੰਕ ਲੈਣ ਲਈ ਜਾ ਰਹੀ ਹੈ ਅੰਦਰ ਹੁਣ ਸੱਗੂ ਸਾਹਿਬ ਦੇ ਸਿੰਕ ਲੈ ਜਾਣਗੇ ਇਹਦੇ ਉੱਪਰ ਇਹਦੇ ਉੱਪਰ ਨਹੀਂ ਮਤਲਬ ਇਹਦੇ ਆਲੇ ਦੁਆਲੇ ਖੜ ਕੇ ਆ ਚੱਲੇ ਭਾਜੀ ਸ਼ਾਰਟ ਬਚਿਆ ਸੀ ਉਹ ਲੈਣ ਲੱਗੇ ਹੋਏ ਸੀਗੇ ਬਾਈ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਉਹ ਚੱਲ ਰਿਹਾ ਕੰਮ ਬਾਜੀ ਰਿਸੀਵਰ ਔਨ ਕਰਿਓ ਉਧਰੋਂ ਲੱਗ ਰਹੇ ਨੇ ਇਹ ਕੰਮ ਕਰਨ ਪੂਰਾ ਤਗੜਾ ਉਹ ਕੈਮਰਾ ਚੱਕੀ ਫਿਰਦਾ ਮਣੀ ਇੱਧਰ ਪ੍ਰਗਟ ਸਿੰਘ ਤੁਸੀਂ ਜਾਣਦੇ ਹੋ ਵਰਲਡ ਵਾਈਡ ਫੇਮਸ ਪਰ ਸਾਡੇ ਇੱਥੇ ਸਿਰਫ ਮੋਹਾਲੀ 'ਚ ਜਾਣਦੇ ਹਨ ਤਾਂ ਇਹ ਸਾਡੇ ਨਾਲ ਬੜੇ ਟਾਈਮ ਤੋਂ ਕੰਮ ਨਹੀਂ ਕਰ ਰਹੇ ਅੱਜ ਹੀ ਕੰਮ ਕੀਤਾ ਅਤੇ ਅੱਗੇ ਕਰਦੇ ਆਉਣਗੇ ਚਲੋ ਮਿਲਦੇ ਹਾਂ ਸਟਾਰਟ ਕਰਦੇ ਹਾਂ ਛੋਟ ਜਲਦੀ ਲਾਓ ਬਾਈ ਸਾਜਨ ਬਾਈ ਜਲਦੀ ਜਲਦੀ ਕਰ ਰਹੇ ਨੇ
ਇਧਰ ਹਿਮਾਂਸ਼ੂ ਜੀ ਲੱਗੇ ਹੋਏ ਨੇ ਹਿਮਾਂਸ਼ੂ ਜੀ ਕਿਵੇਂ ਚੱਲ ਰਿਹਾ ਹੈਗਾ ਟਾਈਮ ਬਾਕੀ ਜੰਗ ਲਈ ਤਿਆਰ ਬੈਠੇ ਮੜੀ ਜੀ ਭਾਰੀ ਹੈ ਓਹੋ ਹਿਮਾਂਸ਼ੂ ਭਾਈ ਤਾਂ ਪੂਰਾ ਘੁੰਮ ਰਹੇ ਹੈ ਹੋਰ ਭਾਈ ਪ੍ਰਵਚਨ ਦੇ ਹਟਿਆ ਪਹਿਲਾਂ ਸਾਰੇ ਗਿਆਨ ਹਾਂ ਆਪਣੇ ਮੇਕਅਪ ਵਾਲੇ ਆਰਟਿਸਟ ਨੇ ਹਾਂਜੀ ਭਾਈ ਠੀਕ ਹੋ ਪਾਣੇ ਦਾ ਰਿਸਪੋਂਸ ਹੀ ਨਹੀਂ ਦਿੱਤਾ Action! बहुत बढ़िया वन जान दो पास थ्री एक्शन चलो पीछे हो जाओ निकल जाओ फोकस आउट स्माइल जी करो चलो चलो शुरू है तू एक्शन तो लगता दादा चलो जी रोलिंग एक्शन गल टल जाता है ता फिर जटा दे मुझे चप्पल के पिंड जैसी सभा क्यों है जिस पिंड दिया दीवियां चप्पल जटा नहीं बना वैसे भी पुत्रा तेन एक पते की गल दस आ लोग बार बोल बात है जात पात कर दो कोई वाला हथियार नहीं हुआ आज अंग्रेज सौड़ी दे एवं इतनी सौ साल जाए कर गए थे यह कारण सुन पुत्रा गल कर सुन आप पाजी करा दी मेरे तो पिछड़ा जाकर अरे पिंड चढ़ते होते वे भाजी करा दे मुंडे साढ़े धंधे बड़े काम आते अगे तो ध्यान ना हाँ याद आया मैनू केले नु पैसे मेरे को थोड़ा जा मार मगा क्या बात है क्या बात है क्या बात है भाई वाह जी वाह ਭਾਜੀ ਨਾਲ ਹੀ ਆਉਂਗੇ ਠੀਕ ਹੈ ਭਾਜੀ ਦੇ ਨਾਲ ਹੀ ਆਉਣਾ ਮਿਲਣ ਰਾਮ ਬਾਈ ਇਹ ਤਾਂ ਮੇਰੇ ਤੁਸੀਂ ਗਏ ਚਲੋ ਕਰ ਲਓ ਉੱਤਰ ਕਰ ਲਓ ਰੂਮ ਮੈਂ ਵਾਸ਼ਰੂਮ ਮੈਂ ਕਰ ਕੋਈ ਨਹੀਂ ਹੈਗਾ ਰੂਮ 'ਚ ਓਏ ਤਾਂ ਬਹੁਤ ਅਸਲੀ ਗੱਲ ਹੈ ਇਹਦੇ ਨਾਲ ਨਾ ਪੰਗੇ ਲਾਇਆ ਪ੍ਰੇਅ ਤੂੰ ਨਾ ਜਮੀਨ ਬੋਲੋ ਦੋ ਸ਼ਬਦ ਨਹੀਂ ਹੋਰ ਬੋਲੋ ਚਾਰ ਪੰਜ ਬੋਲ ਅੱਜ ਸਵਾਦ ਹੈਗਾ ਸ਼ੂਟ ਕਰਕੇ ਹੈ ਨਾ ਆਪਾਂ ਅਤੇ ਸਵੇਰ ਦੇ ਲੱਗੇ ਹੋਏ ਆਪਣਾ 6 ਵਜੇ ਸਟਾਰਟ ਸੀ 6 ਵਜੇ ਪਹਿਲਾਂ ਛੋਟ ਸੀਗਾ ਵੈਸੇ ਆਪਾਂ ਲੇਟ ਹੋ ਗਏ 9 ਵਜੇ ਪਹਿਲਾਂ ਛੋਟ ਲਿਆ ਫਿਰ ਆਪਾਂ ਅਤੇ ਉਸ ਤੋਂ ਬਾਅਦ ਹੁਣ ਉਹਦੇ ਆਪਾਂ ਲਈ ਜਾਂਦੇ ਕੰਨ ਆਪਣੀ ਖਰਾਬ ਹੋ ਗਈ ਅਤੇ ਯੂਜ਼ ਕਰ ਕਰਕੇ ਢਿੱਲੀ ਹੋ ਗਈ ਕੰਨ ਗੱਲ ਕਿਹਦੀ ਹੈ ਇਹ ਰੌਣ ਭਰਿਆ ਇਹ ਵੀਰਪਾਲ ਭਾਜੀ ਜਿਹੜੇ ਆਪਣੇ ਵਿਲਨ ਨੇ ਉਹਨਾਂ ਦੀ ਗੱਲ ਹੈ ਲੂਜ਼ ਹੋ ਗਈ ਇਹ ਖਰਾਬ ਬਹੁਤ ਦਿੱਤੀ ਆਪਾਂ ਸਵੇਰ ਦੀ ਹੁਣ ਆਵਾਜ਼ ਹੀ ਨਹੀਂ ਆਉਣੀ ਜਨਰੇਟਰ ਚੱਲ ਪਿਆ ਹਾਂ ਇਹਨੇ ਤਾਂ ਅਸਲੇ ਹੀ ਕੱਢਤਾ ਸਾਰਾ ਹੁਣ ਇਹ ਕਿਵੇਂ ਜੋੜੇਗਾ ਇਹ ਵੀ ਜੋੜਾਂਗੇ ਇਹ ਬੰਦੇ ਨੇ ਗੰਨ ਤੋੜਤੀ ਵਿਲਨ ਜੀ ਦੀ ਮੈਂ ਪਤਾ ਕੀ ਕਰ ਰਿਹਾ ਸੀ ਉਹ ਪਿੱਛੇ ਲਾਈਟਾਂ ਲੱਗ ਗਈਆਂ ਵਧੀਆ ਤਗੜੀਆਂ ਵਧੀਆ ਤਗੜਾ ਸਿਸਟਮ ਲੱਗ ਰਿਹਾ ਹੈਗਾ ਦੇਖੋ